नमस्कार दोस्तों, मैं तो अपना जसबीर सिरियालिया तो ही देख रहे RG24 न्यूज़। तो अब तुम जी खबर दिखाने जा रहे हैं कि थाना सिटी मोगा दो जिथे कि एक वीडियो वायरल हुई सी जिस थाने दे विच कुछ नौजवान जिन्होंने रियासत में लिया गया सी उन्होंने लत्तां जिहड़े पैर काट दे विच दित्तियां गईयां सन। तो इसकी वीडियो उग्र समाज सेवी महेंद्रपाल लूंबा वालों बनाई गई सी, बनाने बाद वायरल कर दी गई। वायरल कर दो बाद DGP ने अज जिहड़ा वो फैसला इन्हों का लिया, उन्होंने उन्होंने थाना सिटी के इंचार्ज के मुंशी को लाइन हाजिर कर दिता गया, जबकि एक मुलाजिम को बर्खास्त कर दिता गया। तो तुहानू दिखाउणे आ वीडियो जिस करके सारी पुलिस मुलाजमान की कार्रवाई हुई है। ਭਾਰ ਤੁਸੀਂ ਦੱਸ ਦਿਓ, ਬੰਦਾ ਹੈ ਨਾ ਇਹਦਾ ਪਿਓ ਦਾ ਵਿਚਾਰਾ ਦਿਹਾੜੀਦਾਰ ਹੀ ਹੈ ਬੰਦਾ, ਪਤਾ ਲੱਗ ਗਿਆ। ਹਾਂ ਵੀ ਕੀ ਹਾਲ ਆ, ਠੀਕ ਠਾਕ? ਅੱਛਾ, ਬਾਂਗ ਤਾਂ ਦਿੱਤੀ ਆ ਵੀ ਕੀ ਗੱਲ, ਕੀ ਬਣੀ ਗੱਲ? ਕੁਛ ਨਹੀਂ ਬਣੀ, ਮੈਂ ਆਪਣੇ ਨਾਲ ਉਹਦੇ ਪਾਸੇ ਇੰਜੀਨੀਅਰ ਸੈਂਟਰ ਆ, ਉਹ ਆਪਣੀ ਲੱਗਦੀ ਹੈ ਗੱਡੀ, ਅਪ ਡਾਊਨ ਕਰਦੀ ਰਹਿ ਮੋਗਾ ਤੋਂ ਫਿਰੋਜ਼ਪੁਰ, ਫਿਰੋਜ਼ਪੁਰ ਤੋਂ ਮੋਗਾ, ਉਹ ਆਪਣੇ ਕੋਲ ਲੋਡ ਬਣਦਾ। ਰਾਤ ਨੂੰ ਨਾ ਕੱਲ੍ਹ ਗੱਡੀ ਰਾਈਟ ਰੋਡ ਜਾਂਦੀ, ਇੱਕ ਮਿੰਟ ਖੜੀ ਵੀਰ, ਇੱਕ ਮਿੰਟ ਖੜੀ ਭਰਾ। ਉਹਨਾਂ ਗੱਡੀ ਸੀਗੀ, ਗੱਡੀ ਲੱਗੀ ਸੀ ਨਾਲ ਦੀ ਟੇਢੀ ਕਰਕੇ, ਆਪਣੀ ਗੱਡੀ ਨਹੀਂ ਲਗਾਉਣੀ ਸਿੱਧੀ, ਨਾ ਇਹਦੇ ਨਹੀਂ ਹੋਰ ਸਕੇ ਹਿਸਾਬ ਨਾਲ। ਇਹ ਗਿਆ ਮੁੰਡਾ ਕਹਿੰਦਾ ਵੀ ਸਰ ਗੱਡੀ ਪਾਸੇ ਕਰ ਦਿਉ, ਜਾਂ ਸਰ ਉੱਥੇ ਸਕਿਉਰਟੀ ਸਕਿਉਰਟੀ ਗਾਰਡ, ਉਹ ਨਿਕਲਿਆ ਗੱਡੀ 'ਚੋਂ ਅਤੇ ਸਰ ਗੱਡੀ ਪਾਸੇ ਕਰ ਦੋ, ਮੈਂ ਗੱਡੀ ਕੱਢਣੀ ਹੈ। ਕਹਿੰਦਾ ਇੰਨੀ ਜਗ੍ਹਾ ਪੇਨ ਕੱਢ ਲਾ, ਕਹਿੰਦਾ ਮੈਨੂੰ ਕਹਿੰਦਾ, ਮੈਂ ਕਿਹਾ ਸਰ ਗੱਡੀ ਨਾਲ ਨਾ ਲੱਗ ਜੇ, ਵੀ ਤੂੰ ਦੇਖ ਲਓ ਪਾਸੇ ਕਰ ਲਓ। ਕਹਿੰਦਾ ਨਹੀਂ ਕਹਿੰਦੀ, ਫਿਰ ਕਹਿੰਦਾ ਗਾਲ ਕੱਢੀ ਉਹਨੇ ਮੈਨੂੰ, ਅਤੇ ਫਿਰ ਕਹਿੰਦਾ ਵੀ ਲਾ ਕੇ ਦਿਖਾ ਮੈਨੂੰ ਕਹਿੰਦਾ ਗੱਡੀ, ਅਤੇ ਮੈਂ ਕਿਹਾ ਚਲੋ ਵੀ ਕੋਈ ਲੰਘਾਓ ਗੱਡੀ, ਮੈਂ ਕਿਹਾ ਲਾਉਣ ਲੱਗੂਗੀ ਕੋਈ ਚੱਕਰ ਨਹੀਂ। ਫਿਰ ਕੀ ਹੋਇਆ, ਅਤੇ ਐਂ ਕਰਦਾ ਕਹਿੰਦਾ ਫਿਰ ਦੂਸਰਾ ਡਿੱਗੀ 'ਚ ਪੰਪ ਕੱਢ ਲਏ ਆ ਹਵਾ ਭਰ ਲੈਣਾ, ਅਤੇ ਹਾਂ ਕਹਿੰਦਾ ਦੱਸੋ ਕੀ ਕੰਮ, ਅਤੇ ਫਿਰ ਉਹਦੇ ਮਾਰੀਆਂ ਨੇ। ਦੂਸਰਾ ਉਹਨੇ ਸਾਨੂੰ ਕਿ ਛਡਾਤਾ, ਉਹਨੇ ਮੈਨੂੰ ਫੜਿਆ ਕਹਿੰਦਾ ਬਈ ਹਟ ਜਾ, ਕਹਿੰਦਾ ਕੋਈ ਫਾਇਦਾ ਨਹੀਂ ਕਰ, ਮੈਂ ਕਿਹਾ ਵੀ ਮੈਂ ਹਟ ਜਾਂਦਾ ਤੇਰੇ ਕਹਿਣ 'ਤੇ, ਇਹਨੂੰ ਫੜ ਲਿਆ, ਇਹਨੂੰ ਬੱਸ ਖੜਾ ਲਿਆ, ਦਫ਼ਤਰ ਮੂਹਰੇ ਖੜ ਗਏ ਸੀ। ਮੈਂ ਕਿਹਾ ਵੀਰੇ ਉਹਨੂੰ ਕਹਿੰਦੇ ਗਾਲਾਂ ਨਾ ਕੱਢ, ਉਹ ਗਾਲਾਂ ਨਾ ਕੱਢਣ ਹਟਾ। ਮੈਂ ਕਿਹਾ ਵੀ ਉਹਨੂੰ ਕਹਿੰਦੇ ਗਾਲਾਂ ਨਾ ਕੱਢ, ਜਾ ਉਹਦਾ, ਕਹਿੰਦਾ ਮੈਂ ਤਾਂ ਗਾਲਾਂ ਕੱਢੂੰਗਾ, ਤੂੰ ਕਰ ਲੱਗ ਗਈ ਕਰਨਾ। ਮੈਂ ਕਿਹਾ ਵੀ ਹੁਣ ਮੈਂ ਗਾਲਾਂ ਕੱਢਾਂ, ਹੁਣ ਤਾਲਾ ਫਿਰ।